नमस्कार दोस्तों, यूट्यूब दे इस चैनल विच तुहाडा सब दा स्वागत है। मैं रमन सिंगला अज तुहाडे सामने लैके आया PSPCL दे LDC एग्जाम दे लई मॉक टेस्ट 2, जिस दे विच GK दे क्वेश्चन तुहानू रिवाइज करवाए जाणगे। और ये सारे जिहड़े क्वेश्चन ने मैं सिलेक्टेड ले ने, जो पिछे पुराने एग्जाम दे विच पुछे गए ने। तो ज़्यादा समा ना खराब करते हुए वीडियो नूं शुरू करते हैं। वीडियो शुरू करन तो पहला, अगर तुसीं हाले तक मेरे चैनल नूं सबसक्राइब नहीं करिया है तो चैनल नूं सबसक्राइब करो और नाल ही बैल आइकन के उपर जरूर क्लिक करो, जिस नाल तुहानूं मेरी हर आने वाली वीडियो का नोटिफिकेशन नाल दी नाल मिलता रहेगा। पहला क्वेश्चन है, हू अपॉइंटेड एज न्यू CEO ऑफ अल्फाबेट। ਤਾਂ CEO ਨੇ ਅਲਫਾਬੈਟ ਦੇ ਨਵੇਂ ਬਣੇ ਨੇ, ਉਹ ਨੇ ਸੁੰਦਰ ਪਿਚਾਈ ਜੋ ਕਿ ਪਹਿਲਾਂ ਗੂਗਲ ਦੇ CEO ਸੀ ਅਤੇ ਹੁਣ ਉਹਨਾਂ ਨੂੰ ਅਲਫਾਬੈਟ ਕੰਪਨੀ ਦਾ CEO ਬਣਾ ਦਿੱਤਾ ਗਿਆ ਹੈ। CEO ਦੇ ਪਿੱਛੇ INC ਲਿਖਿਆ ਹੋਇਆ, INC ਦਾ ਮਤਲਬ ਹੈ ਇਨਕੋਰਪੋਰੇਟ। ਔਰ ਜੋ ਸੁੰਦਰ ਪਿਚਾਈ ਸੀਗੇ ਪਹਿਲਾਂ ਗੂਗਲ ਕੰਪਨੀ ਦੇ CEO ਸੀ, ਔਰ ਜੋ ਅਲਫਾਬੈਟ ਕੰਪਨੀ ਹੈ ਉਹ ਗੂਗਲ ਕੰਪਨੀ ਦੀ ਹੀ ਪੇਰੈਂਟ ਕੰਪਨੀ ਦਾ ਨਾਮ ਹੈ। ਤਾਂ ਪੁਰਾਣੇ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀਗਾ ਗੂਗਲ ਕੰਪਨੀ ਦੀ ਪੇਰੈਂਟ ਕੰਪਨੀ ਦਾ ਨਾਮ ਕੀ ਹੈ, ਤਾਂ ਉਸਦਾ ਆਂਸਰ ਹੋ ਜਾਂਦਾ ਅਲਫਾਬੈਟ ਕੰਪਨੀ। ਤਾਂ ਜੋ ਅਲਫਾਬੈਟ ਦੇ ਨਿਊ CEO ਨੇ ਉਹ ਨੇ ਸੁੰਦਰ ਪਿਚਾਈ। ਅਗਰ ਪੁੱਛਿਆ ਜਾਂਦਾ ਹੈ ਸੀ ਗੂਗਲ ਦਾ ਹੈੱਡਕੁਆਰਟਰ ਕਿੱਥੇ ਹੈ, ਤਾਂ ਗੂਗਲ ਦਾ ਹੈੱਡਕੁਆਰਟਰ ਹੈ ਕੈਲੀਫੋਰਨੀਆ ਦੇ ਵਿੱਚ USA ਦੇ ਵਿੱਚ, ਔਰ ਗੂਗਲ ਦੇ ਫਾਊਂਡਰ ਨੇ ਸਰਜੇ ਬ੍ਰੇਨ ਐਂਡ ਲੈਰੀ ਪੇਜ। ਅਗਲੇ ਕੁਸ਼ਚਨ 'ਤੇ ਚੱਲਦੇ ਹਾਂ, ਪ੍ਰਿਥਵੀਰਾਜ ਸਿੰਘ ਰੁਪਾਨ ਨੂੰ ਕਿਸ ਦੇਸ਼ ਦਾ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਹੈ। ਤਾਂ ਇਸਦਾ ਰਾਈਟ ਆਂਸਰ ਹੈ ਮੋਰੀਸ਼ੀਅਸ। ਪ੍ਰਿਥਵੀਰਾਜ ਸਿੰਘ ਰੁਪਾਨ ਨੂੰ ਮੋਰੀਸ਼ੀਅਸ ਦਾ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਹੈ। ਮੋਰੀਸ਼ੀਅਸ ਹੈ ਜੋ ਅਫਰੀਕਨ ਕੰਟੀਨੈਂਟ ਦੇ ਵਿੱਚ ਪੈਂਦਾ ਹੈ, ਅਤੇ ਮੋਰੀਸ਼ੀਅਸ ਦੀ ਜੋ ਕੈਪੀਟਲ ਹੈ ਉਹ ਹੈ ਪੋਰਟ ਲੂਇਸ, ਔਰ ਮੋਰੀਸ਼ੀਅਸ ਦੀ ਜੋ ਕਰੰਸੀ ਹੈ ਉਹ ਹੈ ਰੂਪੀ। ਅਗਲੇ ਕੁਸ਼ਚਨ 'ਤੇ ਚੱਲਦੇ ਹਾਂ, ਵਟ ਇਜ਼ ਦਾ ਐਵਰੇਜ ਲੈਂਥ ਆਫ ਸਮਾਲ ਇੰਟੈਸਟਾਈਨ। ਛੋਟੀ ਇੰਟੈਸਟਾਈਨ ਦੀ ਲੰਬਾਈ ਕਿੰਨੀ ਹੁੰਦੀ ਹੈ, ਤਾਂ ਇਸਦਾ ਰਾਈਟ ਆਂਸਰ ਹੈ 7 meters। ਸਮਾਲ ਇੰਟੈਸਟਾਈਨ ਦੀ ਜਿਹੜੀ ਲੰਬਾਈ ਹੈ ਉਹ 7 meters ਹੁੰਦੀ ਹੈ। ਅਗਰ ਗੱਲ ਕਰੀਏ ਲਾਰਜ ਇੰਟੈਸਟਾਈਨ ਦੀ, ਤਾਂ ਉਸਦੀ ਜੋ ਲੰਬਾਈ ਹੁੰਦੀ ਹੈ ਉਹ 1.5 meters ਹੁੰਦੀ ਹੈ। ਸਮਾਲ ਇੰਟੈਸਟਾਈਨ ਲੰਬਾਈ ਦੇ ਵਿੱਚ ਲੈਂਥ ਦੇ ਵਿੱਚ ਵੱਡੀ ਹੁੰਦੀ ਹੈ, ਔਰ ਲਾਰਜ ਇੰਟੈਸਟਾਈਨ ਹੈ ਜੋ ਚੌੜਾਈ ਦੇ ਵਿੱਚ ਵੱਡੀ ਹੁੰਦੀ ਹੈ। ਤਾਂ ਇਸ ਕੁਸ਼ਚਨ ਦਾ ਰਾਈਟ ਆਂਸਰ ਹੈ 7 meters। ਅਗਲੇ ਕੁਸ਼ਚਨ 'ਤੇ ਚੱਲਦੇ ਹਾਂ, ਫੇਲੀਅਰ ਆਫ ਵਿਚ ਗਲੈਂਡ ਰਿਜ਼ਲਟ ਇਨ ਡਾਇਬਟੀਜ਼ ਇਨ ਹਿਊਮਨ ਬੋਡੀ। ਕਿਸ ਗਲੈਂਡ ਦੇ ਫੇਲ ਹੋਣ ਦੇ ਨਾਲ ਮਨੁੱਖੀ ਸਰੀਰ ਦੇ ਵਿੱਚ ਡਾਇਬਟੀਜ਼ ਹੋ ਜਾਂਦੀਆਂ ਨੇ? ਤਾਂ ਇਸਦਾ ਰਾਈਟ ਆਂਸਰ ਹੈ ਆਪਸ਼ਨ ਏ ਪੈਨਕ੍ਰੀਆਸ। ਹਿਊਮਨ ਬੋਡੀ ਦੇ ਵਿੱਚ ਪੈਨਕ੍ਰੀਆਸ ਗਲੈਂਡ ਦੇ ਖਰਾਬ ਹੋਣ ਦੇ ਨਾਲ ਡਾਇਬਟੀਜ਼ ਹੋ ਜਾਂਦੀਆਂ ਨੇ। ਅਗਲੇ ਕੁਸ਼ਚਨ 'ਤੇ ਚੱਲਦੇ ਹਾਂ, ਵਟ ਇਜ਼ ਦਾ ਨੇਮ ਆਫ ਇੰਡੀਅਨ ਹਾਈਐਸਟ ਮਾਊਂਟਨ ਪੀਕ K2। K2 ਨੂੰ ਹੋਰ ਕਿਸ ਨਾਮ ਦੇ ਨਾਲ ਜਾਣਿਆ ਜਾਂਦਾ ਹੈ? ਤਾਂ ਇਸਦਾ ਰਾਈਟ ਆਂਸਰ ਹੈ ਗੋਡਵਿਨ ਆਸਟਿਨ। K2 ਨੂੰ ਗੋਡਵਿਨ ਆਸਟਿਨ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਔਰ ਜੋ ਗੋਡਵਿਨ ਆਸਟਿਨ ਹੈ ਇਹ POK ਦੇ ਵਿੱਚ ਪੈਂਦੀ ਹੈ, ਪਾਕਿਸਤਾਨ, ਔਰ ਜੋ ਕਸ਼ਮੀਰ ਦਾ ਝਗੜਾਲੂ ਸਥਾਨ ਹੈ, ਜਗ੍ਹਾ ਹੈ, ਉਸ ਜਗ੍ਹਾ 'ਤੇ ਇਹ ਗੋਡਵਿਨ ਆਸਟਰ ਪੈਂਦੀ ਹੈ। ਔਰ ਇਸਦੀ ਹਾਈਟ ਹੈ ਜੋ ਉਹ 8610 meters 8610 meters ਹੈ। ਔਰ ਗੱਲ ਕਰੀਏ ਕੰਚਨਜੰਗਾ ਦੀ, ਕੰਚਨਜੰਗਾ ਮਾਊਂਟ ਐਵਰੈਸਟ ਦੀ ਇੱਕ ਚੋਟੀ ਹੈ, ਮਾਊਂਟ ਐਵਰੈਸਟ ਦੀ ਸਭ ਤੋਂ ਉੱਚੀ ਚੋਟੀ ਜੋ ਭਾਰਤ ਦੇ ਵਿੱਚ ਹੈ, ਉਸਦਾ ਨਾਮ ਹੈ ਕੰਚਨਜੰਗਾ। ਅਗਲੇ ਕੁਸ਼ਚਨ ਦੇ ਵਿੱਚ ਚੱਲਦੇ ਹਾਂ, ਨੇਮ ਦਾ ਵਰਲਡ ਲਾਰਜੈਸਟ ਕੋਲਡ ਡਿਜ਼ਰਟ। ਦੁਨੀਆ ਦਾ ਸਭ ਤੋਂ ਠੰਡਾ ਮਾਰੂਥਲ ਕਿਹੜਾ ਹੈ? ਦੁਨੀਆ ਦਾ ਸਭ ਤੋਂ ਠੰਡਾ ਮਾਰੂਥਲ ਹੈ ਆਪਸ਼ਨ B ਗੋਬੀ। ਗੋਬੀ ਮਾਰੂਥਲ ਦੁਨੀਆ ਦਾ ਸਭ ਤੋਂ ਠੰਡਾ ਮਾਰੂਥਲ ਹੈ। ਇਹ ਮੰਗੋਲੀਆ ਚਾਈਨਾ ਦੇ ਵਿੱਚ ਪੈਂਦਾ ਹੈ। ਅਗਰ ਗੱਲ ਕਰੀਏ ਭਾਰਤ ਦੇ ਸਭ ਤੋਂ ਠੰਡੇ ਇਲਾਕੇ ਦੀ, ਤਾਂ ਉਹ ਹੈ ਦਰਾਸ ਜੰਮੂ ਐਂਡ ਕਸ਼ਮੀਰ ਦੇ ਵਿੱਚ, ਜਿੱਥੇ ਟੈਂਪਰੇਚਰ -45 degrees ਤੱਕ ਚਲਾ ਜਾਂਦਾ ਹੈ। ਹੈਮਲਟ ਕੱਪ ਕਿਸ ਗੇਮ ਦੇ ਨਾਲ ਸੰਬੰਧਿਤ ਹੈ? ਇਸਦਾ ਰਾਈਟ ਆਂਸਰ ਹੈ ਲੋਨ ਟੈਨਿਸ। ਹੈਮਲਟ ਕੱਪ ਲੋਨ ਟੈਨਿਸ ਗੇਮ ਦੇ ਨਾਲ ਸੰਬੰਧਿਤ ਹੈ। ਵੋਟਰ ਡੇ ਕਿਸ ਦਿਨ ਆਬਜ਼ਰਵ ਕੀਤਾ ਗਿਆ? ਤਾਂ ਇਸਦਾ ਰਾਈਟ ਆਂਸਰ ਹੈ
25 जनवरी वोटर डे 25 जनवरी नूं ऑब्जर्व किया गया। वट इज द करंसी ऑफ कतर, कतर की करंसी की है, कतर की करंसी है रियाल, कतर की करंसी है रियाल और जो कतर की कैपिटल है उसका नाम है दोहा। हु इज द फर्स्ट इंडियन टू गेट द भारत रत्न अवार्ड, पहले भारती जिन्हां नूं भारत रत्न अवार्ड दे नाल सम्मानित किया गया तो सीगे सी राजगोपाल आचार्य। सी राजगोपाल आचार्य नूं 1954 दे विच भारत रत्न अवार्ड दे नाल सम्मानित किया गया सी और 2019 दे विच भारत दे जो प्रेजिडेंट सीगे प्रणब मुखर्जी उन्हां नूं सम्मानित किया गया सी। Who was the Viceroy of India when Simon Commission visited India in 1927? 1927 ਦੇ ਵਿੱਚ ਜਦੋਂ ਸਾਈਮਨ ਕਮਿਸ਼ਨ ਭਾਰਤ ਦੇ ਵਿੱਚ ਆਇਆ ਸੀ ਉਸ ਸਮੇਂ ਭਾਰਤ ਦੇ ਵਾਇਸਰਾਏ ਕੌਣ ਸੀ? ਇਸ ਦਾ ਰਾਈਟ ਆਂਸਰ ਹੈ ਲਾਰਡ ਇਰਵਿਨ। ਉਸ ਸਮੇਂ ਭਾਰਤ ਦੇ ਵਾਇਸਰਾਏ ਸੀ ਲਾਰਡ ਇਰਵਿਨ ਸੀ। ਨੇਮ ਦਾ ਵਰਲਡ ਟਾਲੈਸਟ ਡੈਮ, ਦੁਨੀਆਂ ਦਾ ਸਭ ਤੋਂ ਟਾਲੈਸਟ ਡੈਮ ਕਿਹੜਾ ਹੈ? ਇਸ ਦਾ ਰਾਈਟ ਆਂਸਰ ਹੈ ਜਿਨਪਿੰਗ ਡੈਮ, ਜੋ ਕਿ ਚਾਈਨਾ ਦੇ ਵਿੱਚ ਹੈ, ਦੁਨੀਆਂ ਦਾ ਸਭ ਤੋਂ ਟੋਲੈਸਟ ਡੈਮ ਹੈ। ਇੰਡੀਆ ਦੇ ਸਭ ਤੋਂ ਲੌਂਗੈਸਟ ਡੈਮ ਦੀ ਗੱਲ ਕਰੀਏ ਤਾਂ ਉਹ ਹੈ ਟੈਰੀ ਡੈਮ, ਜੋ ਕਿ ਉੱਤਰਾਖੰਡ ਦੇ ਵਿੱਚ ਪੈਂਦਾ ਹੈ, ਇੰਡੀਆ ਦਾ ਸਭ ਤੋਂ ਲੌਂਗੈਸਟ ਡੈਮ। ਅਗਲਾ ਕੁਸ਼ਚਨ ਹੈ ਬਾਈ ਵਿੱਚ ਆਰਟੀਕਲ ਅਨਟੱਚਬਿਲਿਟੀ ਇਜ ਅਬੋਲਿਸ਼ਡ ਐਂਡ ਇਟਸ ਪ੍ਰੈਕਟਿਸ ਇਜ ਪੁਨਿਸ਼ੇਬਲ। ਰਾਈਟ ਆਂਸਰ ਹੈ ਇਸ ਦਾ ਆਰਟੀਕਲ 17। How many types of writs are there in Indian Constitution? ਭਾਰਤੀ ਸੰਵਿਧਾਨ ਦੇ ਵਿੱਚ ਕਿੰਨੇ ਤਰੀਕੇ ਦੀਆਂ ਰਿਟਸ ਨੇ? ਇਸ ਦਾ ਰਾਈਟ ਆਂਸਰ ਹੈ ਆਪਸ਼ਨ ਸੀ 5। ਭਾਰਤੀ ਸੰਵਿਧਾਨ ਦੇ ਵਿੱਚ 5 ਤਰੀਕੇ ਦੀਆਂ ਰਿਟਸ ਨੇ। ਇੰਡੀਅਨ ਸਿਟੀਜ਼ਨਸ਼ਿਪ ਇਜ਼ ਗ੍ਰਾਂਟਡ ਬਾਏ, ਭਾਰਤੀ ਨਾਗਰਿਕਤਾ ਜਿਹੜੀ ਕਿਸ ਦੁਆਰਾ ਗ੍ਰਾਂਟਡ ਕੀਤੀ ਜਾਂਦੀ ਹੈ, ਮਨਜ਼ੂਰ ਕੀਤੀ ਜਾਂਦੀ ਹੈ? ਇਸ ਦਾ ਰਾਈਟ ਆਂਸਰ ਹੈ ਦ ਮਨਿਸਟਰੀ ਆਫ ਹੋਮ ਅਫੇਅਰਸ। Who is the first law officer of country? ਭਾਰਤ ਦੇ ਜੋ ਪਹਿਲੇ ਲਾਅ ਆਫਿਸਰ ਹੁੰਦੇ ਨੇ ਦੇਸ਼ ਦੇ ਉਹ ਕੌਣ ਹੁੰਦਾ? ਇਹਦਾ ਰਾਈਟ ਆਂਸਰ ਹੈ ਅਟਰਨੀ ਜਨਰਲ। ਅਟਰਨੀ ਜਨਰਲ ਨੂੰ ਦੇਸ਼ ਦਾ ਫਸਟ ਲਾਅ ਆਫਿਸਰ ਆਖਿਆ ਜਾਂਦਾ ਹੈ ਔਰ ਜੋ ਮੌਜੂਦਾ ਸਮੇਂ ਦੇ ਉੱਤੇ ਭਾਰਤ ਦੇ ਅਟਰਨੀ ਜਨਰਲ ਨੇ ਉਹ ਨੇ ਕੇ ਕੇ ਵੇਣੁਗੋਪਾਲ। ਹੂ ਕਾਲ ਗਾਂਧੀ ਜੀ ਇਜ਼ ਹਾਫ ਨੇਕ ਬੈਗਰ, ਗਾਂਧੀ ਜੀ ਨੂੰ ਅੱਧਾ ਨੰਗਾ ਭਿਖਾਰੀ ਕਿਸਨੇ ਆਖਿਆ ਸੀ? ਇਸ ਦਾ ਰਾਈਟ ਆਂਸਰ ਹੈ ਵਿੰਸਟਨ ਚਰਚਿਲ। ਵਿੰਸਟਨ ਚਰਚਿਲ ਨੇ ਗਾਂਧੀ ਜੀ ਨੂੰ ਅੱਧਾ ਨੰਗਾ ਭਿਖਾਰੀ ਆਖਿਆ ਸੀ। ਹੂ ਵਾਜ਼ ਦਾ ਫਾਊਂਡਰ ਆਫ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ? ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਫਾਊਂਡਰ ਕੌਣ ਨੇ? ਰਾਈਟ ਆਂਸਰ ਹੈ ਸੈਯਦ ਅਹਿਮਦ ਖਾਨ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਫਾਊਂਡਰ ਨੇ ਸੈਯਦ ਅਹਿਮਦ ਖਾਨ। ਹੂ ਬਿਲਡ ਦਾ ਟੈਂਪਲ ਆਫ ਖੁਜਰਾਹੋ, ਖੁਜਰਾਹੋ ਦੇ ਟੈਂਪਲ ਨੂੰ ਕਿਸਨੇ ਬਣਵਾਇਆ ਸੀ? ਖੁਜਰਾਹੋ ਦੇ ਟੈਂਪਲ ਨੂੰ ਚੰਦੇਲਾ ਨੇ ਬਣਵਾਇਆ ਸੀ। ਵਿਚ ਰੂਲਰ ਇਜ਼ ਆਲਸੋ ਫੇਮਸ ਬਾਈ ਨੇਮ ਇੰਡੀਅਨ ਨੈਪੋਲੀਅਨ, ਕਿਸ ਰੂਲਰ ਨੂੰ ਭਾਰਤ ਦਾ ਨੈਪੋਲੀਅਨ ਵੀ ਕਿਹਾ ਜਾਂਦਾ ਹੈ? ਸਹੀ ਜਵਾਬ ਹੈ ਸਮੁੰਦਰ ਗੁਪਤ। ਸਮੁੰਦਰ ਗੁਪਤ ਨੂੰ ਭਾਰਤ ਦਾ ਨੈਪੋਲੀਅਨ ਵੀ ਕਿਹਾ ਜਾਂਦਾ ਹੈ। ਗਾਇਤਰੀ ਮੰਤਰ ਕਿਸ ਦੁਆਰਾ ਕੰਪੋਜ਼ ਕੀਤਾ ਗਿਆ ਸੀ? ਵਿਸ਼ਵਮਿੱਤਰਾ। ਗਾਇਤਰੀ ਮੰਤਰ ਵਿਸ਼ਵਮਿੱਤਰਾ ਦੁਆਰਾ ਕੰਪੋਜ਼ ਕੀਤਾ ਗਿਆ ਸੀ। ਹੂ ਵਾਜ਼ ਡਿਫੀਟਡ ਬਾਏ ਬਾਬਰ ਇਨ ਫਸਟ ਬੈਟਲ ਆਫ ਪਾਣੀਪਤ, ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਬਾਬਰ ਨੇ ਕਿਸ ਨੂੰ ਹਰਾਇਆ ਸੀ? ਇਬਰਾਹਿਮ ਲੋਧੀ। ਇਸਦਾ ਸਹੀ ਜਵਾਬ ਹੈ ਇਬਰਾਹਿਮ ਲੋਧੀ। ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾਇਆ ਸੀ ਔਰ ਇਹ ਲੜਾਈ 1526 ਈਸਵੀ ਦੇ ਵਿੱਚ ਹੋਈ ਸੀ ਔਰ ਇਬਰਾਹਿਮ ਲੋਧੀ ਨੂੰ ਹਰਾਉਣ ਦੇ ਬਾਅਦ ਬਾਬਰ ਨੇ ਭਾਰਤ ਦੇ ਵਿੱਚ ਮੁਗਲਾਂ ਦਾ ਆਗਮਨ ਹੋਇਆ ਸੀ। ਬ੍ਰੋਂਜ਼ ਇਜ਼ ਐਨ ਅਲੋਏ ਆਫ ਵਿੱਚ ਐਲੀਮੈਂਟ? ਰਾਈਟ ਆਂਸਰ ਹੈ ਕਾਪਰ।
copper and tin. Bronze is alloy of copper and tin. Copper 90% and tin 10%. What is the chemical name of baking soda? Baking soda the chemical name ki hai? That is the right answer is sodium bicarbonate. Baking soda the chemical name is sodium bicarbonate. अगर गल करिए वॉशिंग सोडा की तो वॉशिंग सोडा का जो केमिकल नेम है वो है सोडियम कार्बोनेट। अगला क्वेश्चन, हु वाज द फर्स्ट इंडियन टू विन ऑस्कर अवार्ड? पहले भारतीय का नाम जिसने ऑस्कर अवार्ड जितया सी, तो इसका सही आंसर है भानु अतिथ्या। जो पहले भारतीय ने जिन्होंने ऑस्कर अवार्ड जितया सी वो सी भानु अतिथ्या, और इन्होंने ऑस्कर अवार्ड 1983 दे विच जितया सी। तो ये सी अज दी वीडियो। अगर वीडियो वधिया लगी तो लाइक जरूर करो, शेयर जरूर करो। थैंक यू।